सारे गड्डियां रोकी ने बयान थोड़े कोई नहीं दे रहा कारण दसो तुसी गड्डियां क्यों रोक रहे हो लोगों परेशानी हो रही है पांच दिन लई स्ट्राइक है 10 तरीक तो लेके 15 तरीक तक ठीक है सब नूं पता सीगा भी स्ट्राइक है पर जिन्हां लोगों दी जमीरां भी मरिया हुई है ना अज ओह रोडां ते कैंपां चला रहे किस्त साडी गड्डी दी भी है जो बहाने मारदे आ साडी गड्डी दी किस्त है जी फलाणा ढिंका किस्त भरावा साडे कोल भी असीं लैंडलॉर्ड नहीं है साडे कोल भी गड्डियां किस्त वालियां जी ਤੁਸੀਂ ਸਾਰੇ ਗੱਡੀਆਂ ਰੋਕੀਆਂ ਨੇ ਬਿਆਨ ਤੁਹਾਡੇ 'ਚ ਕੋਈ ਨਹੀਂ ਦੇ ਰਿਹਾ ਕਾਰਨ ਦੱਸੋ ਤੁਸੀਂ ਗੱਡੀਆਂ ਕਿਉਂ ਰੋਕ ਰਹੇ ਹੋ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਮੈਂ 15-20 ਮਿੰਟਾਂ ਤੋਂ ਖੜਾ ਹੋਇਆ ਕਿ ਮੈਂ ਹਰੇਕ ਨੂੰ ਪੁੱਛ ਰਿਹਾ ਕੋਈ ਵੀ ਬੰਦਾ ਮੈਨੂੰ ਜਵਾਬ ਨਹੀਂ ਦੇ ਰਿਹਾ ਇਸ ਗੱਲ ਦਾ ਤੁਸੀਂ ਕਾਰਨ ਦੱਸੋ ਕਿਉਂ ਗੱਡੀਆਂ ਰੋਕੀਆਂ ਜਾ ਰਹੀਆਂ ਭਾਈ ਇਹ ਕੋਈ ਨਵੀਂ ਗੱਲ ਨਹੀਂ ਵੀ ਸੀ ਗੱਡੀਆਂ ਰੋਕ ਰਹੇ ਆ ਭਰਾ ਹਾਂ ਠੀਕ ਹੈ ਜੀ ਅੱਜ ਤੋਂ 5 ਦਿਨ ਪਹਿਲਾਂ ਸਭ ਨੂੰ ਪਤਾ ਸੀਗਾ ਵੀ ਸਟ੍ਰਾਈਕ ਹੋਣੀ ਹੈ 5 ਦਿਨ ਲਈ ਸਟ੍ਰਾਈਕ ਹੈ 10 ਤਰੀਕ ਤੋਂ ਲੈ ਕੇ 15 ਤਰੀਕ ਤੱਕ ਠੀਕ ਹੈ ਸਭ ਨੂੰ ਪਤਾ ਸੀਗਾ ਵੀ ਸਟ੍ਰਾਈਕ ਹੈ ਪਰ ਜਿਨ੍ਹਾਂ ਲੋਕਾਂ ਦੀਆਂ ਜ਼ਮੀਰਾਂ ਵੀਰੇ ਮਰੀਆਂ ਹੋਈਆਂ ਨਾ ਅੱਜ ਉਹ ਰੋਡਾਂ ਤੇ ਕੈਂਪਾਂ ਚਲਾ ਰਹੇ ਠੀਕ ਹੈ ਉਹਨਾਂ ਨੂੰ ਰੋਕਣ ਦੇ ਲਈ ਅਸੀਂ ਇੱਥੇ ਭਰਾਵਾ ਖੜੇ ਆ ਠੀਕ ਹੈ ਕਿਸ ਤਾਂ ਸਾਡੀ ਗੱਡੀ ਦੀ ਵੀ ਹੈ ਜੋ ਬਹਾਨੇ ਮਾਰਦੇ ਆ ਕਿ ਸਾਡੀ ਗੱਡੀ ਦੀ ਕਿਸ਼ਤ ਹੈ ਜੀ ਫਲਾਣਾ ਢਿੰਕਾ ਕਿਸ਼ਤਾਂ ਭਰਾਵਾ ਸਾਡੇ ਕੋਲ ਵੀ ਅਸੀਂ ਲੈਂਡਲੋਰਡ ਨਹੀਂ ਆ ਸਾਡੇ ਕੋਲ ਵੀ ਗੱਡੀਆਂ ਕਿਸ਼ਤ ਵਾਲੀਆਂ ਜੀ ਅਸੀਂ ਵੀ ਕਿਸ਼ਤਾਂ ਭਰਨੀਆਂ ਸਾਡੀ ਗੱਡੀ ਦੀ ਵੀ ਕਿਸ਼ਤਾਂ ਟੁੱਟੀਆਂ ਸਾਨੂੰ ਵੀ ਪਤਾ ਠੀਕ ਹੈ ਪਰ ਇਹ ਮਰੀ ਜ਼ਮੀਰਾਂ ਵਾਲੇ ਲੋਕ ਸੀਗੇ ਤਾਂ ਅਸੀਂ हड़ताल हड़ताल थोड़ा बधाया जाए ठीक है जो मोटरसाइकिल कैब इतने चल रही है इनलीगल एक इनलीगल जी एप इन ड्राइवर है वह बंद हो गई इसलिए अज इतने खड़े हैं ਜਿਹੜੀ ਓਬਰ ਦੀ ਤੁਸੀਂ ਗੱਲ ਕੀਤੀ ਹੈ ਜਾਂ ਇੰਡਰਾਈਵ ਦੀ ਗੱਲ ਕੀਤੀ ਹੈ ਉਹ ਕੱਲੀ ਚੰਡੀਗੜ੍ਹ 'ਚ ਤਾਂ ਚੱਲਦੀ ਨਹੀਂ ਆਲ ਓਵਰ ਇੰਡੀਆ ਕੰਮ ਕਰਦੀ ਆ ਉਹ ਵਰਲਡ ਵਾਈਡ ਕੰਮ ਕਰਦੀ ਆ ਫਿਰ ਪੂਰੇ ਇਹ ਤਾਂ ਦੇਸ਼ ਦਾ ਵਧੂਗਾ ਰੇਟ ਕੱਲਾ ਤੁਹਾਡਾ ਥੋੜੀ ਵਧੂਗਾ ਵਾਹ ਦੇਸ਼ ਦਾ ਅਸੀਂ ਤਾਂ ਟ੍ਰਾਈ ਸਿਟੀ ਦੀ ਗੱਲ ਕਰ ਰਹੇ ਆ ਟ੍ਰਾਈ ਸਿਟੀ ਦੇ ਵਿੱਚ ਗਣੇ ਆ ਠੀਕ ਹੈ ਅਸੀਂ ਆਪਣੀ ਗੱਲ ਕਰਦੇ ਨਾ ਕਿ ਸਾਨੂੰ ਹੋਰ ਬਾਰੇ ਕੁਝ ਨਹੀਂ ਪਤਾ ਤੁਹਾਨੂੰ ਲੱਗਦਾ ਟ੍ਰਾਈ ਸਿਟੀ ਦੇ ਵਿੱਚ ਹੜਤਾਲ ਕਰਨ ਦੇ ਨਾਲ ਹੱਲ ਹੋ ਜਾਊਗਾ ਮਸਲਾ ਬਿਲਕੁਲ ਹੱਲ ਹੋਏਗਾ ਭਰਾ ਜਿਹੜੀਆਂ ਲੋਕਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਜੀ ਉਹਨੂੰ ਕਿਵੇਂ ਦੇਖਦੇ ਹੋ ਆਵਾ ਪਰੇਸ਼ਾਨੀ ਇੱਕ ਦੋ ਦਿਨ ਦੀ ਹੈਗੀ ਆ ਇਹ ਇੱਕ ਦੋ ਦਿਨ ਦੇ ਵਿੱਚ ਹੱਲ ਸਾਡੇ ਹੱਲ ਹੋ ਜਾਣਾ ਠੀਕ ਆ।